कि साडा पंजाब दा मुख्यमंत्री है, चाहे एक करोड़ दी नहीं 10 करोड़ रुपये दी अंगूठी लैके दे दे, पर साडा मेन मकसद यह भी आ कि एक करोड़ रुपया आया कित्थों आ। कि जदो 2027 दे विच सरकार इहदी ना होई, ये पुछगिछ उदो होणगीआं, याद रख लै जी मेरीआं गल्लां। जदों तक पंजाब तो बाहर जाते रहन उदो लोकतंत्र, जदों पंजाब च आके बह जे भगवंत मान उदो राजतंत्र। साडा पैसा खराब हो रहा, और वही गल साडे भगवंत मान जी आ कि जिन्ने विच तां सारा कोई पंजाब सज रोटी खांदा उन्ने ते इन्हां दे बूट ही पाए। जिन्ना साडे पंजाब दे विच जिन्ने एक दिन दे विच कोई रोटी खांदा ना, 3 लाख रुपये भगवंत मान दे बूट पाए। भगवंत मान कोल इन्नी यकदम प्रॉपर्टी आ कित्थों गई? आप इहदी घरवाली दे हुण एक 1.5 लाख दे नवे सैंडल फिर लिआंदे आ, ते आ 1 करोड़ रुपये दी अंगूठी। ये नकली तां कह नहीं सकदे इहनूं, हीरियां दी आ, क्योंकि जेकर सोना नहीं नकली हो सकदा तां भाई तुसीं अंगूठियां कित्थों नकली पाओगे? मैनूं सिर्फ इन्ना दस्सिआ जे, तां मैनूं तुसीं इह दस्सो वी 1 करोड़ वाली अंगूठी आई कित्थों? इह भगवंत मान दी वाइफ आ डॉक्टर गुरप्रीत जी, ते जिन्हां दे कहिंदे अंगूठी ए 1 करोड़ दी पाई आ। ਹੁਣ ਮੈਨੂੰ ਇਹ ਤੁਸੀਂ ਇਹ ਗੱਲ ਦੱਸੋ, ਦੂਜੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਦੂਜੇ ਸਾਬਕਾ ਮੰਤਰੀਆਂ ਦੀ ਗੱਲ ਕਰੀਏ, ਉਹਨਾਂ ਨੂੰ ਵਿਜੀਲੈਂਸ ਫੜ ਲੈਂਦੀ ਆ ਕਿ ਭਾਈ ਦੱਸੋ ਤੁਹਾਡੀ ਇਨਕਮ ਘੱਟ ਤੇ ਪ੍ਰਾਪਰਟੀਆਂ ਜ਼ਿਆਦੇ ਆ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੁਣ ਪੁੱਛਣਾ ਚਾਹੁੰਦਾ, ਨਾਲ ਦੱਸਣਾ ਚਾਹੁੰਦਾ, ਭਗਵੰਤ ਮਾਨ ਕੋਲ ਇੰਨੀ ਯਕਦਮ ਪ੍ਰਾਪਰਟੀ ਆ ਕਿੱਥੋਂ ਗਈ? ਆਪ ਇਹਦੀ ਘਰਵਾਲੀ ਦੇ ਹੁਣ 1.5 ਲੱਖ ਦੇ ਨਵੇਂ ਸੈਂਡਲ ਫਿਰ ਲਿਆਂਦੇ ਆ, ਤੇ ਆ 1 ਕਰੋੜ ਰੁਪਏ ਦੀ ਅੰਗੂਠੀ। ਇਹ ਨਕਲੀ ਤਾਂ ਕਹਿ ਨਹੀਂ ਸਕਦੇ ਇਹਨੂੰ, ਹੀਰਿਆਂ ਦੀ ਆ, ਕਿਉਂਕਿ ਜੇਕਰ ਸੋਨਾ ਨਹੀਂ ਨਕਲੀ ਹੋ ਸਕਦਾ ਤਾਂ ਭਾਈ ਤੁਸੀਂ ਅੰਗੂਠੀਆਂ ਕਿੱਥੋਂ ਨਕਲੀ ਪਾਓਗੇ? ਮੈਨੂੰ ਸਿਰਫ ਇੰਨਾ ਦੱਸਿਆ ਜੇ, ਪਹਿਲਾਂ ਪੰਜਾਬ ਦੇ ਰਾਖਿਆਂ ਕੋਲ ਸੋਨਾ ਆਇਆ, ਜਿਹੜੇ ਕਿ ਇਹ ਬਹੁਤ ਕਰਜਾਈ ਸੀ। ਕੁਝ ਲੋਕ ਇਹ ਕਹਿ ਦਿੰਦੇ ਆ ਕਿ ਬਾਈ ਇਹਨੇ ਕਮੇਡੀ ਚੋਂ ਪੈਸਾ ਬਹੁਤ ਬਣਾਇਆ। ਮੈਨੂੰ ਤੁਸੀਂ ਇਹ ਦੱਸੋ, ਜੇਕਰ ਕਮੇਡੀ ਚੋਂ ਪੈਸਾ ਬਣਾਇਆ ਤਾਂ ਇਹ ਪੈਸਾ 2020 ਦੇ ਵਿੱਚ ਕਿੱਥੇ ਸੀ? ਤੇ ਸਾਡੀ ਮਾਤਾ ਜੀ ਦਾ ਇਹ ਕਹਿਣਾ ਸੀ ਕਿ ਅਸੀਂ ਕਿਉਂ ਗਨਮੈਨ ਰੱਖੀਏ, ਸਾਨੂੰ ਕੀ ਲੋੜ ਆ, ਸਾਨੂੰ ਕਾਹਦਾ ਖਤਰਾ, ਸਾਡਾ ਪਿੰਡ ਬਹੁਤ ਵਧੀਆ। ਫਿਰ ਉਸ ਤੋਂ ਬਾਅਦ ਗੱਲ ਹੋਈ ਕਿ ਤੁਹਾਡੇ ਬਾਪੂ ਦੀ 25,000 ਰੁਪਇਆ ਪੈਨਸ਼ਨ ਆਉਂਦੀ ਆ, ਜਿਹਦੇ ਨਾਲ ਗੁਜ਼ਾਰਾ ਮਸਾ ਹੁੰਦਾ, ਤੇ ਸਾਡੇ ਮਤਲਬ ਕਵੀ ਕਰਜ਼ਾ ਕੁਰਜ਼ਾ ਵੀ ਦੱਸਿਆ। ਪਰ ਮੈਂ ਕਦੇ ਭਗਵੰਤੇ ਤੋਂ ਪੈਸੇ ਨਹੀਂ ਲਏ, ਕਿਉਂਕਿ ਉਹ ਜਿਹੜਾ ਪੈਸਾ ਉਹ ਤੁਹਾਡਾ ਪੈਸਾ, ਉਹ ਲੋਕਾਂ ਦਾ ਪੈਸਾ, ਅਸੀਂ ਕਿਉਂ ਖਰਾਬ ਕਰੀਏ? ਇਹ ਗੱਲ ਹੋਈ। ਫਿਰ ਇੱਕ ਹੋਰ ਸਬੂਤ ਦੇਵਾਂ ਕਿ ਵੀ ਭਗਵੰਤ ਮਾਨ ਤੇ ਤੰਗੀ ਹੁੰਦੀ ਸੀ, ਇਹ ਪੈਸਾ ਨਹੀਂ ਹੁੰਦਾ ਸੀ, ਤਾਂ ਪੱਤਰਕਾਰਾਂ ਨੇ ਆਪਦੀ ਰੋਸ ਮਾਰਚ ਕਹਿ ਸਕਦੇ ਹਾਂ ਆਪਾਂ। ਫਿਰ ਜਦੋਂ ਭਗਵੰਤ ਮਾਨ MP ਹੁੰਦਾ ਸੀ, ਉਹਨੇ ਮਾਫ਼ੀ ਮੰਗੀ, ਤਾਂ ਉਹਨੇ ਪੱਤਰਕਾਰ ਨੂੰ ਕੀ ਕਿਹਾ ਕਿ MP ਦੀ ਤਨਖਾਹ ਕਿੰਨੀ ਹੁੰਦੀ ਆ? 50,000 ਰੁਪਇਆ। 50,000 ਰੁਪਇਆ ਕਹਿੰਦਾ ਤਨਖਾਹ ਹੁੰਦੀ ਆ MP ਦੀ, ਤੇ ਕਈ ਵਾਰੀ ਤਾਂ ਸੱਜਣਾ ਤੋਂ ਫੜ ਦੜ ਕੇ ਖਰਚਾ ਚਲਾਉਣਾ ਪੈਂਦਾ। ਇਹ ਗੱਲਾਂ ਸੀ ਭਗਵੰਤ ਮਾਨ ਦੀਆਂ। ਇੱਕ ਨਵਾਂ ਇਹ ਮੁੱਖ ਮੰਤਰੀ ਕਹੂਗਾ, ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਵੀ ਇੱਕ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕੀ ਮਾਸਟਰ ਦਾ ਮੁੰਡਾ। ਫਿਰ ਚਰਨਜੀਤ ਚੰਨੀ ਦੀ ਗੱਲ ਲੈ ਲਈਏ, ਉਹ ਕਹਿੰਦੇ ਸੀ ਕਿ ਬਰਦਾਸ਼ਤ ਨਹੀਂ ਹੁੰਦਾ ਇੱਕ SC ਪਰਿਵਾਰ ਦਾ ਮੁੱਖ ਮੰਤਰੀ ਬਣ ਗਿਆ। ਫਿਰ ਇਹ ਵੀ ਸੱਚ, ਇਹ ਤਾਂ ਕੋਈ ਗੱਲ ਹੀ ਨਹੀਂ। ਤੇਰੇ ਮੁਕੱਦਰਾਂ 'ਚ ਲਿਖੀ ਸੀ ਕਿ ਤੂੰ ਮੁੱਖ ਮੰਤਰੀ ਬਣਨਾ, ਤੇ ਤੂੰ ਕਿਸੇ ਬੂਟ ਪਾਲਿਸ਼ ਕਰਨ ਵਾਲੇ ਦਾ ਵੀ ਪੁੱਤ ਹੁੰਦਾ ਤਾਂ ਵੀ ਬਣ ਜਾਂਦਾ। ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ, ਜੇ ਮੇਰੇ ਕਰਮਾਂ ਦੇ ਵਿੱਚ ਲਿਖਿਆ ਵੀ ਇਹਨੇ ਮੁੱਖ ਮੰਤਰੀ ਬਣਨਾ, ਤਾਂ ਮੈਂ ਭਲਾ ਦਿਹਾੜੀਦਾਰ ਦਾ ਪੋਤਾ, ਖੁਦ ਅਸੀਂ ਮਜ਼ਦੂਰਾਂ ਘਰੋਂ ਸੰਬੰਧ, ਤਾਂ ਫਿਰ ਅਸੀਂ ਬਣ ਹੀ ਜਾਣਾ। ਤੇ ਜੇ ਮੁਕੱਦਰਾਂ 'ਚ ਹੈ ਨਹੀਂ, ਫਿਰ ਭਲਾ ਰਾਜ ਦਾ ਪੁੱਤ ਹੋਵੇ? ਤੁਸੀਂ ਸਿਰਫ ਤੇ ਸਿਰਫ ਧੱਕੇ ਖਾਣ ਜੋਗਰੇ ਰਹਿ ਗਏ ਲੋਕੋ, ਧੱਕੇ ਖਾਣ ਜੋਗਰੇ ਰਹਿ ਗਏ।